ਕੁਮੇ ਖੁਸ਼ਾਮਦੀ ਦਾਦਾ ਮੈਂ ਸਰਦਾਰ ਖਾਨ ਪਠਾਨ ਸਾਹਿਬ ਨੂੰ ਖੁਸ਼ਾਮਦੀ ਦਾਦਾ ਮਲਿਕ ਆਸਿਫ ਹੁਸੈਨ ਭੁੱਟਾ ਕੌਂਸਲਰ ਇਨ ਫਾਜ਼ਲਪੁਰ ਦੇ ਹੁਣੇ ਨੂੰ ਖੁਸ਼ਾਮਦੀ ਦਾਦਾ ਹੁਣੇ ਦੇ ਨਾਲ ਫਜ਼ਲ ਹੁਸੈਨ ਖਾਨ ਥੱਥਲ ਸਾਹਿਬ ਤਸ਼ਰੀਫ ਗਿਨੇ ਹਸਨੈਨ ਜ਼ਹੂਰ ਖਾਨ ਮੁਸਤੋਈ ਸਾਹਿਬ ਮੈਨੇਜਰ ਬੈਂਕ ਆਫ ਪੰਜਾਬ ਫਾਜ਼ਲਪੁਰ ਮੈਂ ਹੁਣੇ ਨੂੰ ਖੁਸ਼ਾਮਦੀ ਦਾਦਾ ਹੁਣੇ ਦੇ ਨਾਲ ਮੁਰਜ਼ਾ ਖਾਨ ਜਦੋਈ ਸਾਹਿਬ ਤਸ਼ਰੀਫ ਗਿਨੇ ਸਰਦਾਰ ਕਸਵਰ ਖਾਨ ਦ੍ਰਿਸ਼ਕ ਸਾਹਿਬ ਤਸ਼ਰੀਫ ਗਿਨੇ ਪਿੰਡਾਂ ਦੇ ਜਿੰਨਾ ਸੋਹਣੇ ਸੋਹਣੇ ਐਸੇ ਅਯੂਰ ਲੋਕ ਮੌਜੂਦ ਹਨ ਮੇਰਾ ਦਿਲ ਅਤੇ ਮੈਂ ਹਿੱਕ ਹਿੱਕ ਦਾ ਨਾਮ ਦਿੰਦਾ ਹੋਇਆ ਜੋ ਮੈਂ ਦੱਸਾਂਗਾ ਕਿ ਐਸੇ ਅਜ਼ੀਮ ਲੋਕ ਹੀ ਪਿੰਡਾਂ ਵਿੱਚ ਮੌਜੂਦ ਹੈ ਲੇਕਿਨ ਵਕਤ ਦੀ ਕਮੀ ਕੋ ਮਲੂਦ ਰੱਖੇ ਸਾਂ ਮੈਂ ਐਸਾ ਐਸਾ ਜਿਵੇਂ ਜਿਵੇਂ ਦੇਖ ਸਾਂ ਜੋ ਮੈਂ ਨਾ ਹਿੰਸਾ ਵੇਂਦਾ ਮੈਂ ਹੁਣ ਤਕਰੀਰਾਂ ਦੀ ਤਰਤੀਬ ਤਾਂ ਮੁਖਤਲਫ ਹੈ ਲੇਕਿਨ ਸਰਦਾਰ ਫਾਰੂਕ ਖਾਨ ਦੀ ਮੀਟਿੰਗ ਹੈ ਡਿਪਟੀ ਕਮਿਸ਼ਨਰ ਰਾਜਨਪੁਰ ਦੇ ਨਾਲ ਉਹ ਉਹਨਾਂ ਦੇ ਇੰਤਜ਼ਾਰ ਬੈਠੇ ਮੈਂ ਸਮੋਂ ਜ਼ਿਆਦਾ ਦੇਰ ਮੁਖਲਮਾਂ ਦੀ ਸਾਂ ਬਸ ਹੀ ਪਿੰਡਾਂ ਦੀ ਤਰਫੋਂ ਇੱਕ ਗੁਜ਼ਾਰਿਸ਼ ਪੇਸ਼ ਕਰੇ ਸਾਂ ਸਰਦਾਰ ਸਾਹਿਬ ਦੇ ਸਾਹਮਣੇ ਕਿ ਸਰਦਾਰ ਸਾਹਿਬ ਜਿਹੜੇ ਤੁਸੀਂ ਇਲੈਕਸ਼ਨ ਲੜਿਆ ਹੋਵੇ ਤਾਂ ਅਸਾਂ ਪਾਵਾਂਗੇ ਦੋਹਾਂ ਤੁਹਾਡਾ ਸਾਥ ਦਿੰਦਾ ਹਾਂ ਕਿਉਂਕਿ ਤੁਸੀਂ ਨਾਰਾ ਮਰੇ ਹੋਵੇ ਤਾਂ ਅਸਾਂ ਸਾਗੂ ਸੁਭਾ ਦੇ ਸੋ ਅਸਾਂ ਤੁਹਾਡੀ ਗੱਲ ਤੇ ਯਕੀਨ ਕੀਤੇ ਕਿ ਤੁਹਾਡੇ ਤੁਹਾਡਾ ਪਿੱਛੋਂ ਕਿਨੋ ਕਿਰਦਾਰ ਖੜੇ ਤੁਹਾਡੇ ਵਾਲੇ ਸਾਹਿਬ ਦਾ ਇਤਨਾ ਬਾਗ ਐਸਾ ਕਿਰਦਾਰ ਖੜੇ ਉਹਨਾਂ ਦੀ ਐਸੀ ਸ਼ਖਸੀਅਤ ਤੇ ਤੁਹਾਡੀ ਆਵਾਜ਼ ਤੁਹਾਡੇ ਲਹਿਜੇ ਦਾ ਇਤਮਾਦ ਤੁਹਾਡੀ ਸ਼ਖਸੀਅਤ ਨੇ ਸਾਨੂੰ ਮਜਬੂਰ ਕੀਤੇ ਸਾਨੂੰ ਯਕੀਨ ਦਿਵਾਏ ਕਿ ਹਾਂ ਹੁਣ ਸਾਡੀ ਗੱਲ ਐਵਾਨੇ ਤੱਕ ਪੁੱਛੀ ਅਸਾਂ ਤੁਹਾਡੇ ਤੇ ਯਕੀਨ ਕੀਤਾ ਹਾਂ ਅਸਾਂ ਤੁਹਾਡੇ ਕੋਲ ਸਰੈਂਡਰ ਕੀਤਾ ਹਾਂ ਹੁਣ ਸੂਰਤ ਹਾਲ ਨੇ ਕਿਲੋ ਅਸਾਂ ਹੁਣ ਥਾਂ ਵੀ ਤੁਹਾਨੂੰ ਦੇਣੀ ਹੈ ਅੱਜ ਸਾਨੂੰ ਦੱਸੇ ਸੋ ਸਾਡੀ ਗੁਜ਼ਾਰਿਸ਼ ਅੱਜ ਸਾਨੂੰ ਦੱਸੇ ਸੋ ਕਿ ਹਾਲੀ ਵੀ ਅਸਾਂ ਉਮੀਦ ਦੇ ਚੋਂ ਕਿ ਇਹ ਹਕੂਮਤ ਸਾਨੂੰ ਸੂਬਾ ਦੇ ਸੇ ਜ਼ਰਾ ਸੂਬਾ ਬਣੇ ਸੇ ਅਸਾਂ ਵੀ ਕਹਿਣ ਸੇ ਬਾਂਧੇ ਪਏ ਲੇਕਿਨ ਸਾਨੂੰ ਦੱਸੋ ਅਗਰ ਸਾਨੂੰ ਧੋਖਾ ਥਾ ਤਾਂ ਤੁਸੀਂ ਸਾਡੇ ਨਾਲ ਖੜਸੋ ਅੱਜ ਦਾ ਇਹ ਪਿੰਡਾਂ ਦਾ ਸਵਾਲ ਹੈ ਇੰਤਹਾਈ ਇਹਤਰਾਮ ਨਾਲ ਇੰਤਹਾਈ ਮੁਹੱਬਤ ਨਾਲ ਮੈਂ ਗੁਜ਼ਾਰਿਸ਼ ਕਰ ਸਾਂ ਸਾਡੇ ਇਲਾਕੇ ਦਾ ਫਖਰ ਸਾਡੇ ਇਲਾਕੇ ਦਾ ਮਾਨ ਸਹੀ ਸਰਦਾਰ ਫਾਰੂਕ ਅਮਾਨੁੱਲਾ ਖਾਨ ਦ੍ਰਿਸ਼ਕ ਸਿੰਘ ਨੂੰ ਜੋ ਸਟੇਜ ਤੇ ਤਸ਼ਰੀਫ ਦਿੰਦੇ ਹਨ ਔਰ ਆਪਣੇ ਖਿਆਲਾਂ ਦਾ ਇਜ਼ਹਾਰ ਕਰਦੇ ਹਨ ਇੰਤਹਾਈ ਜ਼ੋਰਦਾਰ ਤਾਲੀਆਂ ਸਹੀ ਸਰਦਾਰ ਫਾਰੂਕ ਅਮਾਨੁੱਲਾ ਖਾਨ ਦ੍ਰਿਸ਼ਕ ਬਿਸਮਿਲ੍ਲਾਹਿ ਰਹਿਮਾਨਿ ਰਹੀਮ ਰੱਬੀ ਸ਼ਰਹ ਲੀ ਸਦਰੀ ਵਸਰ ਲੀ ਅਮਰੀ ਵਾਹਦੁਲ ਉਕਦਤਾ ਮੇ ਲਿਸਾਨ ਯਫਤਹੁ ਕੌਲੀ ਸਾਡੇ ਇੰਤਹਾਈ ਕਾਬਲੇ ਇਤਰਾਮ ਸਰਦਾਰ ਰਜ਼ਾ ਖਾਨ ਦ੍ਰਿਸ਼ਕ ਸਾਹਿਬ ਸਾਡੇ ਬਜ਼ੁਰਗ ਚਾਚਾ ਸਰਦਾਰ ਆਸ਼ਿਕ ਖਾਨ ਗੁਜ਼ਾਰ ਸਾਹਿਬ ਸਾਡੇ ਚਾਚਾ ਸੁਖੀ ਕਾਜ ਖਾਨ ਮੁਬਾਰਕ ਸਾਹਿਬ ਅੱਜ ਦੇ ਮੇਜ਼ਬਾਨ ਸ਼ਾਨਵਾਜ਼ ਖਾਨ ਲਸ਼ੋਰੀ ਸਾਹਿਬ ਉਸਮਾਨ ਕਰੀਮ ਭੁੱਟਾ ਸਾਹਿਬ ਤੇ ਆਏ ਹੋਏ ਮੁਸੰਨਿਫ ਅਦੀਬੋ ਤੇ ਹੀ ਵਸੇਬ ਦੇ ਨਾਲ ਗੱਲ ਕਰਨ ਵਾਲੇ ਦੋਸਤ ਅਸਲਾਮ ਅਲੈਕਮ ਮੈਂ ਆਗਾਜ਼ ਖਾਜਾ ਗੁਲਾਮ ਫਰੀਦ ਸਾਹਿਬ ਦੇ ਕਲਾਮ ਨੂੰ ਕਰੇ ਸਾਂ ਖੁਸ਼ ਤੀ ਫਰੀਦਾ ਸ਼ਾਦ ਵੱਲ ਮੂਝੇ ਕੋ ਨਾ ਕਰ ਯਾਦ ਵੱਲ ਇਹ ਝੋਕਾ ਥੀ ਸੇ ਆਬਾਦ ਵੱਲ ਇਹ ਨੈਣਾ ਵਸ ਇੱਕ ਬੜੀ ਜਿਵੇਂ ਉਸਮਾਨ ਭੁੱਟਾ ਸਾਹਿਬ ਫਰਮਾ ਕੇ ਨਬੀ ਸਾਹਿਬ ਨੂੰ ਆਪਣਾ ਇੱਕ ਉਮੀਦ ਹੈ ਮੈਂ ਇਹਨੇ ਕੋ ਯਕੀਨ ਦੇ ਨਾਲ ਬੈਠਾ ਹਾਂ ਜੋ ਇਮਰਾਨ ਖਾਨ ਸਾਹਿਬ ਜਿਵੇਂ ਵਾਅਦਾ ਕੀਤਾ ਸਭ ਸੂਬਾ ਇਨਸ਼ਾਅੱਲਾ ਦੇ ਸਕੇ ਇਨਸ਼ਾਅੱਲਾ ਤਾਲਾ ਹੀ ਜੁਲਾਈ ਦੇ ਵਿੱਚ ਹੀ ਸਾਡਾ ਸੈਕਟਰੀਏਟ ਵੀ ਮੁਲਤਾਨ ਜਾਂ ਹੁੰਦੇ ਕਿ ਦਰਵਾਜ਼ ਦੇ ਵਿੱਚ ਇਨਸ਼ਾਅੱਲਾ ਤਾਲਾ ਆਪਣਾ ਕੰਮ ਹੀ ਸ਼ੁਰੂ ਕਰ ਦੇ ਸਕੇ ਜਿਵੇਂ ਹੀ ਵਸੇਬ ਦੇ ਨਾਲ ਸਰਦਾਰ ਨਸਰੁੱਲਾ ਖਾਨ ਦੀ ਕਿਆਦਤ ਦੇ ਵਿੱਚ ਇੱਕ ਸੂਬਾ ਮਹਾਦ ਵਿੱਚ ਬਣਿਆ ਹਾਲ ਉਹਦੇ ਵਿੱਚ ਜ਼ਿਲ੍ਹਾ ਰਹੀਮ ਰਹਿਮਾਨ ਬਹਾਵਲਪੁਰ ਬਹਾਵਲ ਨਗਰ ਤਮਾਮ ਇਲਾਕੇ ਦੀ ਨੁਮਾਇੰਦਗੀ ਹੈ ਤੇ ਇਨਸ਼ਾਅੱਲਾ ਤਾਲਾ ਇਮਰਾਨ ਖਾਨ ਸਾਹਿਬ ਉਹ ਬੰਦਾ ਹੈ ਜਿਹਨੇ ਹਿੰਦੁਸਤਾਨ ਨੂੰ ਅੱਖੀ ਦੇ ਵਿੱਚ ਅੱਖੀ ਪਾ ਕੇ ਆਖਿਆ ਜੋ ਵੀ ਅਸਾਂ ਸੁਚੇਸੂ ਕਹਿਣਾ ਅਸਾਂ ਰਿਐਕਸ਼ਨ ਵੀ ਕਰੇ ਸੂ ਤੇ ਉਹਨੇ ਨੇ ਰਿਐਕਸ਼ਨ ਵੀ ਕੀਤੇ ਜਿਵੇਂ ਇੱਕ ਮੋਦੀ ਮਨਮੂਨ ਨੇ ਇੱਕ ਹਰਕਤ ਕੀਤੀ ਸਾਡੇ ਮੁਲਕ ਦੀ ਸਰਹੱਦ ਦੇ ਖਿਲਾਫ ਵਰਜ਼ੀ ਕੀਤੀ ਸਾਡੀ ਪਾਕ ਫਿਜ਼ਾਇਆ ਦੇ ਉਹਨੇ ਕੋਈ ਉਹਦਾ ਸਬਕ ਸਿਖਾਇਆ ਤਾਂ ਉਹ ਅੱਜ ਵੀ ਆਪਣੇ ਕੱਪੜੇ ਟੇਕੀ ਬੈਠੀ ਨੂੰ ਮਤਲਬ ਉਹਨੇ ਕੋਈ ਜ਼ਰੂਰਤ ਨਹੀਂ ਸੀ ਸਾਡੇ ਮੁਲਕ ਦੀ ਤਰਫ ਪਹਿਲੀ ਅਕਟਾ ਬਣ ਗਈ ਤੇ ਇਨਸ਼ਾਅੱਲਾ ਅਸਾਂ ਆਪਣੇ ਲੀਡਰਾਂ ਦੇ ਉੱਤੇ ਸਭ ਕੁਝ ਯਕੀਨ ਹੈ ਸਭ ਕੋ ਆਪਣੇ ਇਮਰਾਨ ਖਾਨ ਸਾਹਿਬ ਦੇ ਉੱਤੇ ਯਕੀਨ ਹੈ ਜੋ ਇਨਸ਼ਾਅੱਲਾ ਤਾਲਾ ਜਿਹੜਾ ਹੁਣੇ ਦਾ ਸਾਡੇ ਵਸੇਬ ਦੇ ਨਾਲ ਵਾਅਦਾ ਹੈ
ਸਾਡੇ ਇਲਾਕੇ ਦਾ ਨਾਲ ਵਾਅਦਾ ਹੈ ਸੂਬੇ ਦਾ ਵਾਅਦਾ ਹੈ ਇਨਸ਼ਾਅੱਲਾ ਤਾਲਾ ਪੂਰਾ ਥੀਸੇ ਤੇ ਇੱਥਾ ਇੱਕ ਸੂਬਾ ਬਣਸੇ ਸਾਰੇ ਇਹ ਜਿਹੜੇ ਤਰੇ ਡਿਵੀਜ਼ਨ ਹੈ ਇਹਦੇ ਇਨਸ਼ਾਅੱਲਾ ਤਾਲਾ ਸੂਬਾ ਬਣਸੇ ਤੇ ਇਨਸ਼ਾਅੱਲਾ ਕਿਤੇ ਅਗਰ ਉਹ ਸਾਡੇ ਨਾਲ ਸ਼ਾਮਿਲ ਕੀਤੇ ਤਾਂ ਬਿਲਕੁਲ ਸਭ ਤੋਂ ਖੁਸ਼ੀ ਕੀ ਜੋ ਕਿ ਸਾਰਾ ਸੂਬਾ ਕੀ ਸਾਰਾ ਦੁਨੀਆ ਵਾਲੀ ਨੂੰ ਵੀ ਬਹੁਤ ਪਿਓ ਮੁਲਤਾਨ ਦੀ ਇੱਕ ਆਪਣੀ ਇੱਕ ਹਿਸਟਰੀ ਹੈ ਆਪਣੀ ਅਲਹਮਦੁਲਿਲਾਹ ਇੱਕ ਮੁਲਤਾਨ ਦੀ ਇੱਕ ਤਾਰੀਖ ਹੈ ਅਸਾਂ ਵੀ ਚਾਹੁੰਦੇ ਹਾਂ ਜਿਵੇਂ ਆਪਣਾ ਲਾਹੌਰ ਕੈਪੀਟਲ ਹੈ ਉਹ ਵੀ ਹਿਸਟੋਰੀਕਲ ਸਿਟੀ ਹੈ ਇਵੇਂ ਸਾਰਾ ਹਿਸਟੋਰੀਕਲ ਸਿਟੀ ਮੁਲਤਾਨ ਹੈ ਅਸਾਂ ਚਾਹੁੰਦੇ ਸਾਰਾ ਵੀ ਸੂਬੇ ਦਾ ਕੈਪੀਟਲ ਮੁਲਤਾਨ ਦੇ ਵਿੱਚ ਹੋਵੇ ਤੇ ਇਨਸ਼ਾਅੱਲਾ ਤਾਲਾ ਇਹ ਸੂਬਾ ਜਿਵੇਂ ਇਮਰਾਨ ਖਾਨ ਸਾਹਿਬ ਦਾ ਵਾਅਦਾ ਹੈ ਜਿਵੇਂ ਸਾਡੇ ਆਪਣਾ ਅਸਾਂ ਯੱਕੇ ਜਿਹੜੇ ਜਿਤਨਾ ਵੀ ਸੂਬਾ ਮਹਾਂ ਦੇ ਪਾਰਲੀਮੈਂਟ ਏਰੀਆ ਨੂੰ ਅਸਾਂ ਹੀ ਸੇਮ ਪੇਜ ਦੇ ਉੱਤੇ ਹੋ ਸੇਮ ਪੇਜ ਦੇ ਉੱਤੇ ਹੋ ਤੇ ਇਨਸ਼ਾਅੱਲਾ ਤਾਲਾ ਸਾਨੂੰ ਸੂਬਾ ਮਿਲਸੇ ਤੇ ਇਹ ਹੀ ਗਵਰਨਮੈਂਟ ਸਾਨੂੰ ਸੂਬਾ ਦੇ ਸੇ ਅਸਲ ਸਾਡੀ ਪੂਰੀ ਕੋਸ਼ਿਸ਼ ਹੋਵੇ ਇਨਸ਼ਾਅੱਲਾ ਸਾਡੀ ਪੂਰੀ ਕੋਸ਼ਿਸ਼ ਹੋਵੇ ਕਿਉਂਕਿ ਇਹਦੇ ਵਿੱਚ ਇਹਦੇ ਨਾਂ ਦੇ ਉੱਤੇ ਵੀ ਆਪਣਾ ਕੋਈ ਉਹ ਕੋਈ ਸਰਵੇ ਜਿਹਾ ਬਣੇ ਜਾਂ ਜਿਹੜੀ ਲੋਕਾਂ ਦੀ ਖਵਾਹਿਸ਼ ਹੁਣ ਨਾਂ ਦੇ ਮੁਤਾਬਿਕ ਸੂਬਾ ਰੱਖਿਆ ਹੋਵੇ ਅਸਲ ਦੇ ਵਿੱਚ ਜਿਵੇਂ ਇਮਰਾਨ ਖਾਨ ਸਾਹਿਬ ਦਾ ਵਾਅਦਾ ਹੋਇਆ 100 ਦੀਵਾਰ ਦੇ ਅੰਦਰ ਅੰਦਰ ਅਸਾਂ ਸੂਬਾ ਰਹਿਸੂ ਉਹਦੇ ਵਿੱਚ ਸਿਰਫ ਇਹ ਥੇ ਜੋ ਆਪਣਾ ਉਹ ਵੀ ਇੱਕ ਸਾਰੇ ਆਇਨ ਦਾ ਹਿੱਸਾ ਹੈ ਜਦੋਂ ਤਿਹਾਈ ਅਕਸਰੀਅਤ ਹੋਣੀ ਚਾਹੀਦੀ ਹੈ ਲੇਕਿਨ ਦੂ ਤਿਹਾਈ ਅਕਸਰੀਅਤ ਨਾ ਹੋਣ ਦੀ ਵਜ੍ਹਾ ਕਿ ਕੁਝ ਮਸਾਇਲ ਆਉਂਦੇ ਪਏ ਨੇ ਲੇਕਿਨ ਸਾਡੀ ਸਭ ਨੂੰ ਫਤਿਹ ਸਾਡੀ ਸਾਰੇ ਵਸੇਬ ਦੀ ਸਭ ਨੂੰ ਫਤਿਹ ਫਤਿਹ ਇਹ ਹੈ ਜੋ ਅੱਜ ਲਾਹੌਰ ਦੇ ਵਿੱਚ ਸਰਾਇਕੀ ਵਜ਼ੀਰਿਆ ਦਾ ਬੈਠੇ ਅੱਜ ਉਸਮਾਨ ਬੁਲਦਾਰ ਸਾਹਿਬ ਵਜ਼ੀਰਿਆ ਦਾ ਬੈਠੇ ਇਹ ਵੀ ਸਾਡੇ ਵਸੇਬ ਦੀ ਫਤਿਹ ਹੈ ਤੇ ਇਨਸ਼ਾਅੱਲਾ ਤਾਲਾ ਸਾਨੂੰ ਅੱਲਾਹ ਤਾਲਾ ਦੀ ਜ਼ਾਤ ਅੱਲਾਹ ਤਾਲਾ ਦੀ ਜ਼ਾਤ ਨੂੰ ਇਹ ਸਭ ਤੋਂ ਉਮੀਦ ਹੋ ਅਸਾਂ ਇਮਰਾਨ ਖਾਨ ਸਾਹਿਬ ਦੇ ਵਾਅਦੇ ਨੂੰ ਵੀ ਇਨਸ਼ਾਅੱਲਾ ਉਹਦੇ ਉੱਤੇ ਸਭ ਕੁਝ ਯਕੀਨ ਹੈ ਜੋ ਇਨਸ਼ਾਅੱਲਾ ਸਭ ਨੂੰ ਸੂਬਾ ਮਿਲਸੇ ਤੇ ਇਨਸ਼ਾਅੱਲਾ ਅਸਾਂ ਆਪਣੇ ਅੱਲਾਹ ਦਾ ਸ਼ਨਾਮ ਵੀ ਸਾਰੀ ਹੋ ਸਕੇ ਮੈਂ ਇਹਨੇ ਅਲਫਾਜ਼ ਦੇ ਨਾਲ ਇਜਾਜ਼ਤ ਦਿੰਦਾ ਮੈਂ ਬੜਾ ਵੀ ਆਪਣੇ ਜਿਹੜੇ ਮੇਜ਼ਬਾਨ ਨੇ ਸ਼ਾਨਵਾਜ਼ ਮਿਸ਼ਰੀ ਸਾਹਿਬ ਉਸਮਾਨ ਬੁੱਟਾ ਸਾਹਿਬ ਇਹਨਾਂ ਦਾ ਇੰਤਹਾਈ ਮਸ਼ਹੂਰ ਹਾਂ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਅਸਲਾਮ ਵਾਲੇਕੁਮ